ਇੱਕ ਸਲਵਾਤ ਪੜ੍ਹੋ ਚਾਹੇ ਦੇਰ ਤਕਲੀਫ ਨਹੀਂ ਹੋਣ ਦੀ ਕੋਸ਼ਿਸ਼ ਕਰੋ। ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹ ਅਲਹਮਦੁਲਿਲਾਹ ਰੱਬਿਲ ਆਲਮੀਨ ਅਸਲਾਤੁ ਵਸਲਾਮ ਅਲਾ ਮਨ ਕਾਨ ਨਬੀਯਨ ਵਾ ਆਦਮ ਬੈਨ ਅਲ ਮਾ ਵਤੀਨ ਉੱਚੀ ਸਲਵਾਤ ਮਿੱਟੀ ਛੋੜ ਕੇ ਪਈਆਂ ਰਹੀਆਂ ਸਾਰੇ ਪਿਓ ਨੂੰ ਠੇਰ ਸਲਾਮ ਦੇਵੇ ਸ਼ਾਲਾ ਕਰੀ ਹਾਏ ਕਬੂਲ ਹੋਵੇ। ਸਿਰਫ ਦੋ ਵੈਣ ਪੜ ਸਕਣ ਬਾਬੇ ਦੇ ਕਦਮਾਂ ਤੇ ਹੱਥ ਲਾ ਕੇ ਢੇਰ ਸਾਰੀ ਦੇਰ ਹੋ ਗਈ ਮਿੰਬਰ ਪਾਕ ਤੇ ਇਤਨਾ ਹੀ ਕੋਸ਼ਿਸ਼ ਹੈ ਤਾਕਤ ਇਤਨੀ ਹੈ ਜੀ ਸਮੇਂ ਸਿਰਫ ਦੋ ਵੈਣ ਕਰਦੇ ਨਾ ਜੀ ਇਬਾਦਤ ਪੂਰੀ ਹੋਵੇ ਸੀ ਜੈ ਮਿੱਟੀ ਛੋੜੀਏ ਉਹ ਮੂਸੇ ਕਾਜ਼ਮ ਦੀਆਂ ਗਰੀਬ ਧੀਆਂ ਜਿਹਦੇ ਨਾਲ ਗੱਲ ਕੀਤੀ ਨੇ ਉਹ ਫਿਰਾਏ ਜਿਹੜਾ ਹਿੱਲੇ ਸੁੱਤਾ ਰੁਨੀਆਂ ਤੇ ਰੋ ਕੇ ਆਦੀਆਂ ਸਾਡੇ ਪਿਓ ਨੂੰ ਠੇਰ ਸਲਾਮ ਦੇਵੇ ਤੇ ਸਾਡਾ ਵੀਰ ਰੱਬ ਦੇ ਨਾਂ ਤੇ ਬੀਬੀਆਂ ਆਦੀਆਂ ਨੂੰ ਪਹਿਲੇ ਹੱਥ ਚੁੰਮੇ ਹੱਥ ਕਰੀਆਂ ਵਾਲੇ ਪਿੱਛੇ ਹੱਥ ਲਾਵੇ ਕਦਮਾਂ ਵੈਣ ਕਰਕੇ ਆਰੀਆਂ ਆਖੇ ਦੀਆਂ ਬੋਸੇ ਦਿੰਦੀਆਂ ਨੀ ਬਾਬਾ ਤੇਰੀ ਨਜ਼ਲਾਮ ਦੀਆਂ ਜ਼ਰਬਾਂ ਤੇ ਇੱਕ ਦੋ ਨਹੀਂ ਸਾਰੀਆਂ ਪੁੱਛਦੀਆਂ ਨੀ ਰੱਬ ਜਾਣੇ ਕਿਵੇਂ ਆਇਓ ਸਮਦੇ ਹੋ ਸੋ ਸਰ ਰੱਖ ਕੇ ਹੱਥ ਸੁਭਾਨ ਅੱਲਾ ਅਧਰਾਉ ਦੇ ਵੇਲੇ ਦੇ ਸੋਹਣੇ ਤੁਸੀਂ ਹੈ ਕਰ ਲਈ ਆਂਸੂ ਆ ਗਏ ਬਹੁਤ ਬੜੀ ਨਿਜਾਉ ਦਜ਼ਰੀਏ ਜ਼ਿਕਰ ਚ ਬਹਿ ਕੇ ਹਾਏ ਕਰ ਲਵਣ ਆਖਰੀ ਵੈਣ ਮਿੰਬਰ ਬਾਦਸ਼ਾਹਾਂ ਦੇ ਹਵਾਲੇ ਇਹ ਤਾਂ 18 ਦਾ ਵੈਣ ਹੈ ਜੀ ਮੈਂ ਨੌਕਰ ਸੈਦ ਮੈਂ ਨੌਕਰਾਂ ਵੈਣ ਕਰਕੇ ਖੜੀਆਂ ਦੀਆਂ ਸਾਡੇ ਪਿਓ ਨੂੰ ਢੇਰ ਸਲਾਮ ਦੇਵੇ ਤੇ ਸਾਡਾ ਵੀਰ ਰੱਬ ਦੇ ਨਾਂ ਤੇ ਬੀਬੀਆਂ ਦੀਆਂ ਪਹਿਲੇ ਹੱਥ ਝੁੰਮੇ ਇਹ 18 ਦਾ ਵੈਣ ਇਹ ਸਾਰੀਆਂ ਵੈਣ ਕੀਤੇ ਪੰਜਵੇਂ ਕਦਮ ਤੇ ਕਾਸਿਮ ਦਾ ਘੋੜਾ ਕੀ ਆਏ ਉਹ ਵਧੀਏ ਜਿਹੜੀ ਕੁੰਮੇ ਚ ਰੁਲ ਕੇ ਮਰ ਗਈ ਵੀਰਾ ਦੇ ਸਾਹਮਣੇ ਆ ਕੇ ਅਜੇ ਗਰੀਬ ਭੈਣ ਦੀ ਦੁਆ ਇਸ਼ਾਲਾ ਬਾਬਾ ਮਿਲ ਪੋਈ ਜਦਾਂ ਬਾਬਾ ਮਿਲੀ ਉਹਨੂੰ ਆਖੇ ਕੁਮਾਲੀ ਬਹੁ ਰੋਂਦੀ ਆਈ ਆ ਧੀ ਪੁੱਛਦੀ ਆਈ ਆ ਤੁਸਾਂ ਕਿਹੜੇ ਜੁਰਮ ਚ ਕਹਿ ਦੋ ਬਾਬਾ ਤੇ ਤੁਹਾਡੀ ਕਿਉਂ ਸੰਗੀਨ ਸਲਾਏ ਜੀ 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 ਮੈਂ ਨੌਕਰਾਂ ਰੋ ਪਿਓ ਤੁਸੀਂ ਯਕੀਨੀ ਰੋ ਪਿਓ ਜੀ ਜੀ ਮੈਂ ਨੌਕਰਾਂ ਆਦੇ ਕੁੰਮਾ ਲਿਆ ਦੀ ਆਈ ਆ ਤੁਸਾਂ ਕਿਹੜੇ ਜੁਰਮ ਚ ਕਹਿ ਦੋ ਬਾਬਾ ਤੇ ਤੁਹਾਡੀ ਕਿਉਂ ਸੰਗੀਨ ਸਲਾਏ ਅਸਾਂ ਸੁਣਿਆ ਹੈ ਜ਼ਿੰਦਾਨ ਦੇ ਵਿੱਚ ਨਿਵੇ ਲੱਭਦੀ ਬਾਣ ਦੀ 70 ਸਮਝੇ ਭਾਈ ਖਤਮ ਮੈਂ ਨੌਕਰੀ ਖਤਮ ਪਿਆ ਕਰਦਾ 70 ਸਮਝੇ ਜਿਹੜੀਆਂ ਗਰੀਬ ਥੀਓ ਹੈ ਇਹੋ ਜਿਹੀ ਗੱਲ ਧੀਆਂ ਨਹੀਂ ਕਰਦੀਆਂ ਰੋ ਕੇ ਖੜੀਆਂ ਦੀਆਂ ਆਖੇ ਧੀਆਂ ਆ ਮੁਲਾਕਾਤ ਕਰੇ ਤੇਰੇ ਖਤ ਦੇ ਵਿੱਚ ਇਤਲਾ ਹੈ ਬਗਦਾਦ ਦੇ ਵਸਦੇ ਆਏ ਉਹ ਇਹ ਨਾ ਆਖਣ ਇਹਦਾ ਕੋਈ ਨਹੀਂ ਪੁੱਤਰ ਜੀ।